ਉਸਾਰੀ ਅਧੀਨ ਇੱਕ ਚੈਰੀਟੇਬਲ ਹਸਪਤਾਲ ਵਿੱਚ ਡੰਪ ਕੀਤੀ ਰੇਤ ਟਿੱਪਰਾਂ ਵਿੱਚ ਲੋਡ ਕਰਨ ਆਏ ਰੇਤ ਮਾਫੀਆ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਪੁਲਿਸ ਨੇ ਸ਼ੁਰੂਆਤੀ ਕਾਰਵਾਈ ਕਰਦਿਆਂ 3 ਟਿੱਪਰਾਂ ਤੇ 1 ਜੇਸੀਬੀ ਮਸ਼ੀਨ ਨੂੰ ਉਸਾਰੀ ਅਧੀਨ ਹਸਪਤਾਲ ਦੇ ਚਾਰ ਦੀਵਾਰੀ ਤੋਂ ਬਾਹਰ ਆਉਣ ਤੋਂ ਰੋਕ ਲਗਾ ਦਿੱਤੀ ਹੈ ਤੇ ਮਾਮਲੇ ਦੀ ਸੂਚਨਾ ਮਾਈਨਿੰਗ ਵਿਭਾਗ ਨੂੰ ਭੇਜ ਦਿੱਤੀ ਹੈ। ਦੂਜੇ ਹੀ ਪਾਸੇ ਮਾਮਲੇ ਦੀ ਜਾਣਕਾਰੀ ਲੈਣ ਲਈ ਮਾਈਨਿੰਗ ਅਫਸਰ ਵਿਪਨ ਕੁਮਾਰ ਨੂੰ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਤਾਂ ਮਾਈਨਿੰਗ ਦੀ ਮਜ਼ਦੂਰੀ ਦੀ ਗੱਲ ਕਰਦੇ ਰਹੇ। ਜਦੋਂ ਉਹਨਾਂ ਨੂੰ ਪਿਛਲੇ ਸਾਲ ਹੋਏ ਦਰਜ ਮਾਮਲੇ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਟਾਲ ਮਟੋਲ ਕਰਦਿਆਂ ਫੋਨ ਕੱਟ ਦਿੱਤਾ। ਮੇਰੇ ਤੇ ਪਰਚਾ ਹੋਇਆ ਸੀਗਾ 23/9/2017 ਦੇ ਵਿੱਚ ਰੇਤੇ ਦੇ ਆਧਾਰ ਤੇ, ਜਿਹੜਾ ਗੁਰੂ ਅਮਰਦਾਸ ਹਸਪੀਟਲ ਆ ਉਹਦੀ ਪਰਮਿਸ਼ਨ ਲਈ ਸੀ ਜਗਮੋਹਨ ਸਿੰਘ ਜੀ ਨੇ। ਇਹ 32 ਸੈਕਟਰ ਇਲਾਕੇ ਦੇ ਵਿੱਚ ਆ ਜੀ। ਜਗਮੋਹਨ ਸਿੰਘ ਜੀ ਨੇ ਪਰਮਿਸ਼ਨ ਲਈ ਸੀ, ਸਾਡੀਆਂ ਗੱਡੀਆਂ ਬੁਲਾਈਆਂ ਗਈਆਂ ਸੀ ਉਸ ਟਾਈਮ ਰੇਤਾ ਭਰਨ ਵਾਸਤੇ। ਅਸੀਂ ਗਏ ਉਸ ਟਾਈਮ, ਸਾਡੇ ਤੇ ਪੁਲਿਸ ਆ ਗਈ, ਪੁਲਿਸ ਨੇ ਸਾਡੀਆਂ ਗੱਡੀਆਂ ਫੜ ਲਈਆਂ। ਸਾਡੇ ਤੇ ਪਰਚਾ ਦੇ ਦਿੱਤਾ ਗਿਆ ਜੀ, 12,000 ਰੁਪਈਆ ਟਿੱਪਰ ਦਾ ਸਾਡੇ ਤੋਂ ਉਸ ਟਾਈਮ ਲੈਂਦੇ ਸੀਗੇ ਇਹ, ਵੀ 12,000 ਰੁਪਈਆ ਦੋ ਤੇ ਆਪਦਾ ਟਿੱਪਰ ਭਰੋ। ਅਸੀਂ ਉਦੋਂ ਟਿੱਪਰ ਭਰੇ ਇਹਨਾਂ ਦੇ ਕੋਲੋਂ, ਮੌਕੇ ਤੇ ਪੁਲਿਸ ਆ ਗਈ, ਪੁਲਿਸ ਨੇ ਸਾਡੇ ਤੇ ਪਰਚਾ ਦਿੱਤਾ, ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਟਾਈਮ। ਅੱਜ ਫੇਰ ਉਸੇ ਹੀ ਉਹੀ ਇਹਨਾਂ ਦੇ ਕੋਲ ਪਰਮਿਟ ਆ, ਉਹੀ ਸਭ ਕੁਛ, ਇਹਨਾਂ ਨੇ ਉਹਦੀ ਮਾਈਨਿੰਗ ਦੀ ਤਰੀਕ ਵਧਾ ਲਈ ਉਹਦੇ ਵਿੱਚ, ਪਰ ਪਰਮਿਸ਼ਨ ਤਾਂ ਉਹੀ ਆ ਇਹਨਾਂ ਦੇ ਕੋਲ। ਉਦੋਂ ਵੀ ਪਰਮਿਸ਼ਨ ਇਹੀ ਸੀ ਵੀ ਵੇਸਟ ਮਟੀਰੀਅਲ ਜਿਹੜਾ ਵੀ ਵਿੱਚੋਂ ਨਿਕਲੂਗਾ ਅਮਰਦਾਸ ਹੋਸਪਿਟਲ ਦੀ ਬੇਸਮੈਂਟ ਦੇ ਵਿੱਚੋਂ, ਉਹੀ ਅਸੀਂ ਭਰਿਆ ਸੀ, ਉਹੀ ਅੱਜ ਇਹਨਾਂ ਨੇ ਭਰ ਲਿਆ। ਉਹੀ ਵੇਸਟ ਮਟੀਰੀਅਲ ਸਾਡੀ ਵਾਰੀ ਸੀ, ਉਹੀ ਇਹਨਾਂ ਆ ਰਹੀਆਂ। ਜੇ ਸਾਡੇ ਤੇ ਬਣਦੀ ਕਾਰਵਾਈ ਹੋਈ ਆ ਤੇ ਇਹਨਾਂ ਤੇ ਵੀ ਹੋਵੇ, ਜੇ ਸਾਡੇ ਤੇ ਨਾ ਇਨਸਾਫੀ ਹੋਈ ਆ ਤਾਂ ਸਾਡਾ ਵੀ ਪਰਚਾ ਕੈਂਸਲ ਕੀਤਾ ਜਾਵੇ। ਇਹ ਜਿਹੜੇ ਸੀਗੇ ਰੇਤਾ ਭਰਿਆ ਸੀ ਇਹਨਾਂ ਨੇ? ਹਾਂਜੀ, ਇਹਨਾਂ ਨੇ ਵੀ ਰੇਤਾ ਭਰਿਆ ਹੋਇਆ ਜੀ, 3 ਟਿੱਪਰ ਫੜੇ ਹੋਏ ਨੇ ਇਹਨਾਂ ਨੇ, ਰੇਤੇ ਦੇ ਭਰੇ ਆ ਜੀ। ਹੋਸਪਿਟਲ ਖਾਡਾ ਕਿੰਨੇ ਫੁੱਟ ਦੇ ਕਰੀਬ ਹੋ ਗਈ ਆ ਔਰ ਕਿੰਨੀ ਰੇਤਾ ਤੋਂ ਜਾ ਚੁੱਕੀ ਆ? ਮਾਲ ਕੱਢਿਆ ਹੋਇਆ ਜੀ ਬਾਹਰ ਇਹਨਾਂ ਨੇ, ਉਹ ਇਸ ਟਾਈਮ ਬਣ ਚੁੱਕੀ ਆ ਜੀ, 600 ਦੇ ਟਿੱਪਰ ਦੇ ਕਰੀਬ ਉੱਥੇ ਰੇਤਾ ਪਿਆ ਜੀ ਇਸ ਟਾਈਮ। ਇਹ 2 ਨੰਬਰ ਦਾ ਕੰਮ ਹੋ ਰਿਹਾ ਸੀ? ਇਹ 2 ਨੰਬਰ ਦਾ ਜੀ। ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ? ਕੋਈ ਕਾਰਵਾਈ ਨਹੀਂ ਹੋ ਰਹੀ। ਮੈਨਿੰਗ ਅਫਸਰ ਵੱਲੋਂ ਕੋਈ ਕਾਰਵਾਈ? ਕੋਈ ਨਹੀਂ ਹੋ ਰਹੀ ਜੀ। ਇਹ ਮਿਲੀ ਭੁਗਤ ਨਾਲ ਸਾਰਾ ਹੋ ਰਿਹਾ? ਸਭ ਕੁਝ ਮਿਲੀ ਭੁਗਤ ਨਾਲ ਹੋ ਰਿਹਾ ਜੀ। ਕਿਉਂ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੇ ਸਾਡੇ ਤੇ ਬਣਦੀ ਕਾਰਵਾਈ ਹੋਈ ਸੀ ਤਾਂ ਇਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਨਹੀਂ ਤਾਂ ਸਾਡਾ ਵੀ ਪਰਚਾ ਕੈਂਸਲ ਹੋਣਾ ਚਾਹੀਦਾ। ਕੱਲ ਨੂੰ ਇੱਥੇ ਕੋਈ ਬੰਦਾ ਕੋਈ ਗੈਰ ਕਾਨੂੰਨੀ ਕੰਮ ਕਰ ਜਾਵੇ ਆਪਣਾ ਜਿਹੜਾ ਸਿਕਿਉਰਿਟੀ ਬੇਸ ਹੈ ਉਹ ਕੀ ਕਰੇਗਾ? ਕੀ ਮੰਨ ਲਓ ਜੇ ਸਾਡੀ ਹੁਣ ਨਜ਼ਰ ਦੇ ਵਿੱਚ ਜਾਂ ਕਿਸੇ ਦੇ ਕਹਿਣ ਸਾਨੂੰ ਉਹਨਾਂ ਦਾ ਕਦ ਮਿਲ ਸਕਦੇ ਨੇ? ਇਹ ਜਿਹੜੇ ਟਿੱਪਰ ਵਗੈਰਾ ਜਿਹੜੇ ਤੁਹਾਡੀ ਮਨਜ਼ੂਰੀ ਵਿੱਚ ਜਾ ਰਹੇ ਨੇ? ਗੈਰ ਕਾਨੂੰਨੀ ਸਮਾਨ ਲੈ ਆਵਾਂ ਜਾਂ ਮੈਂ ਇੱਥੋਂ ਕੋਈ ਚੀਜ਼ ਲੈ ਜਾਵਾਂ, ਮੰਨ ਲਓ ਐਗਜ਼ਾਮਪਲ ਮੈਂ ਕੋਈ ਇਹੋ ਚੀਜ਼ ਚੱਕ ਕੇ ਲੈ ਕੇ ਜਾਵਾਂ, ਤੁਸੀਂ ਮੈਨੂੰ ਰੋਕੋਗੇ ਨਾ? ਹੈਲੋ ਵਿਪਨ ਜੀ, ਮਾਫੀ ਚਾਹੁੰਦਾ ਤੁਹਾਨੂੰ ਦੁਬਾਰਾ ਡਿਸਟਰਬ ਕੀਤਾ ਜੀ। ਕੋਈ ਗੱਲ ਨੀ, ਦੱਸੋ। ਹਾਂਜੀ ਹਾਂਜੀ,
ਸਰ ਇੱਕ ਮੈਨੂੰ ਜਾਣਕਾਰੀ ਦਿਆ ਜੀ, ਤੁਸੀਂ ਕਹਿੰਦੇ ਵੀ ਇਹ ਪਰਮਿਸ਼ਨ ਦਿੱਤੀ ਗਈ ਹੈ, ਅਪਰੂਵਲ ਲੈਟਰ ਇਹਨਾਂ ਨੂੰ ਸਾਰਾ ਕੁਝ ਦਿੱਤਾ ਗਿਆ, ਕੀ ਇੱਕੋ ਪਰਮਿਸ਼ਨ ਤੇ ਦੋ ਕਾਰਵਾਈਆਂ ਹੋ ਸਕਦੀਆਂ ਜੀ? ਦੂਜੀ ਕਿਹੜੀ ਕਾਰਵਾਈ ਹੋ ਰਹੀ ਹੈ ਜੀ? ਇਸੇ ਪਰਮਿਸ਼ਨ ਦੇ ਵਿਹਾਵ ਤੇ ਤੁਸੀਂ ਇੱਕ 23/9/17 ਨੂੰ ਇੱਕ ਪਰਚਾ ਦਰਜ ਕਰਵਾਇਆ ਸੀਗਾ। ਕਦੋਂ ਜੀ? 2017 ਦਾ ਮਤਲਬ ਅਗਰ ਮੇਰਾ ਨਾਮ 2017 ਚ ਰਾਮਕ੍ਰਿਸ਼ਨ ਅਰੋੜਾ ਸੀ, 2020 ਦੇ ਵਿਚ ਰਾਮਕ੍ਰਿਸ਼ਨ ਅਰੋੜਾ ਹੀ ਰਹਿਣਾ। ਪਤਾ ਕੀ ਗੱਲ ਹੈ, ਗੱਲ ਇਹ ਹੈਗੀ ਹੈ, ਮੈਂ ਉਸ ਟਾਈਮ ਡਰਾਈਵ ਕਰ ਰਿਹਾ, ਜਿਹੜਾ ਐਗਜ਼ੈਕਟ ਪੁਆਇੰਟ ਹੈਗਾ ਉਹ ਤਾਂ ਇਹ ਹੈਗਾ, ਇਹਨਾਂ ਨੇ ਪਰਮਿਟ ਲੈ ਕੇ ਫੀਸ ਭਰ ਕੇ ਫਿਰ ਇਹ ਕੰਮ ਕਰ ਰਿਹਾ। ਮੈਂ ਉਹੀ ਮੈਂ ਗੱਲ ਕਰ ਰਿਹਾ, ਉਹੀ ਮੈਂ ਗੱਲ, ਮੇਰੀ ਜਿਹੜੀ ਬੇਨਤੀ ਕਰ ਰਿਹਾ ਨਾ, ਮੇਰੀ ਬੇਨਤੀ ਸੁਣੋ, ਮੈਂ ਹੁਣ ਬਾਹਰ ਹੈਗਾ, ਸ਼ਾਮੀ ਲੋਕਾਂ ਵਿਜ਼ਿਟ ਕਰਕੇ ਚਲੋ ਠੀਕ ਹੈ ਜੀ। ਤੇ ਉਧਰ ਹੀ ACP ਪਵਨਜੀਤ ਚੌਧਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ, ਜਦੋਂ ਤਲਾਹ ਆਈ ਤੇ ਇੰਸਪੈਕਟਰ ਸਾਹਿਬ ਨੇ ਸਾਡੇ ਨੂੰ ਜਾ ਕੇ ਰੋਕ ਦਿੱਤੇ, ਉਹਨਾਂ ਬੰਦਿਆਂ ਨੇ ਆਪਣੀ ਪਰਮਿਸ਼ਨ ਸ਼ੋ ਕੀਤੀ ਹੈ ਕਿ ਸਾਡੇ ਕੋਲ ਪਰਮਿਸ਼ਨ ਹੈ। ਇਹ ਮਾਈਨਿੰਗ ਜਿਹੜੀ ਹੈਗੀ ਨਾ, ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ, ਇੱਥੇ ਡਾਕਟਰ ਜਸਵੰਤ ਸਿੰਘ ਕਾਲਜ ਹੈ, ਉਹਦੀ ਕੰਸਟਰਕਸ਼ਨ ਹੋ ਰਹੀ ਹੈ, ਜੋ ਮਲਬਾ ਉੱਥੋਂ ਮਿਲਿਆ ਕੰਸਟਰਕਸ਼ਨ ਦੇ ਦੌਰਾਨ, ਇਹ ਉਹ ਮਿੱਟੀ ਜਾਂ ਜੋ ਵੀ ਸੈਂਡ ਜਾਂ ਲੈਂਡ ਜੋ ਹੈ, ਇਹ ਉਹ ਹੈ, ਉਹਦੀ ਉਹਨਾਂ ਨੇ ਪਰਮਿਸ਼ਨ ਲਈ ਹੋਈ ਹੈ ਚੁੱਕਣ ਦੀ। ਲੇਕਿਨ ਮੈਂ ਇਸ 'ਚ ਸਾਨੂੰ ਫਿਰ ਵੀ ਕਿਹਾ ਕਿ ਅਸੀਂ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾਵਾਂਗੇ, ਅਸੀਂ ਉਹਨਾਂ ਨੂੰ ਕਹਾਂਗੇ ਤੁਸੀਂ ਚੈੱਕ ਕਰੋ ਵੈਦਰ ਇਹ ਪਰਮਿਸ਼ਨ ਸਹੀ ਹੈ ਕਿ ਨਹੀਂ, ਠੀਕ ਹੈ ਨਾ। ਅਸੀਂ ਉਹਨਾਂ ਨੂੰ ਰੋਕ ਦਿੱਤਾ ਵੀ ਤੁਸੀਂ ਉਦੋਂ ਤੱਕ ਇਹ ਕੈਰੀ ਨਹੀਂ ਕਰਨਾ ਜਦੋਂ ਤੱਕ ਮਾਈਨਿੰਗ ਅਫਸਰ ਇੱਥੇ ਆ ਕੇ ਕੁਝ ਕਲੀਅਰ ਨਹੀਂ ਕਰਦਾ। ਮਾਈਨਿੰਗ ਅਫਸਰ ਹੈ ਬਿਕਨ ਕੁਮਾਰ, ਉਹਨਾਂ ਨੂੰ ਇਹ ਇਤਲਾਹ ਵੀ ਦੇ ਦਿੱਤੀ ਗਈ ਹੈ, ਫੋਨ 'ਤੇ ਵੀ ਗੱਲ, ਉਹਨਾਂ ਦਾ ਫੋਨ ਆਇਆ ਮੈਨੂੰ ਵੀ ਕਿ ਮੈਂ ਵੀ ਇਹਨਾਂ ਦੀ ਪਰਮਿਸ਼ਨ ਚੈੱਕ ਕਰਨ ਦੀ ਹੈ, ਸਹੀ ਹੈ। ਮੈਂ ਕਿਹਾ ਜੀ ਤੁਸੀਂ ਐਵੇਂ ਨਹੀਂ, ਤੁਸੀਂ ਮੌਕੇ 'ਤੇ ਆ ਜਾਓ, ਮੌਕੇ 'ਤੇ ਆ ਕੇ ਇੰਸਪੈਕਟਰ ਸਾਹਿਬ ਜਿਹੜੇ ਇਹਦੀ ਤਫਤੀਸ਼ ਕਰ ਰਹੇ ਆ ਉਹਨਾਂ ਨੂੰ ਆ ਕੇ ਇੱਕ ਵਾਰੀ ਸਾਰਾ ਥੋਰੋਲੀ ਸਾਨੂੰ ਉਹਨਾਂ ਨੂੰ ਸਮਝਾ ਦਿਓ ਕਿ ਮਾਈਨਿੰਗ ਦੀ ਕੀ ਪਰਮਿਸ਼ਨ ਕਿਵੇਂ ਹੁੰਦਾ, ਕੀ ਇਹਦਾ ਰੂਲ ਹੈ। ਉਹ ਕਹਿੰਦੇ ਠੀਕ ਹੈ, ਉਹ ਜਦੋਂ ਆਉਣਗੇ ਇੱਕ ਵਾਰੀ ਪੂਰੀ ਕਲੀਅਰ ਵੈਰੀਫਾਈ ਹੋਏਗਾ, ਅਸੀਂ ਉਹਦੇ ਅਕੋਰਡਿੰਗਲੀ ਅੱਗੇ ਜੋ ਵੀ ਇਹਨੂੰ ਪ੍ਰੋਸੀਡ ਕਰਾਂਗੇ। ਸਰ 2017 ਦੇ ਵਿੱਚ ਇੱਦਾਂ ਦੀ ਪਰਮਿਸ਼ਨ ਦੇ ਆਧਾਰ 'ਤੇ ਇੱਕ ਜਾਣੀ ਕਿ ਸੀਗਾ ਵੀ ਉਹ ਕਹਿੰਦੇ ਸੀ ਗਲਤ ਹੈਗੀ ਪਰਮਿਸ਼ਨ, ਅਤੇ ਉਹਦੇ 'ਤੇ ਪਰਚਾ ਦਰਜ ਹੋਇਆ ਸੀਗਾ ਜੀ ਇੱਥੇ ਤੁਹਾਡੇ ਆਪਣੇ ਸਤਨ ਪਠਾਣੇ ਦੇ ਵਿੱਚ। ਉਹ ਆਈ ਵਿਲ ਵੈਰੀਫਾਈ, ਦੇਖ ਲਾਂਗਾ ਮੈਂ, SHO ਸਾਹਿਬ ਮੇਰੇ ਕੋਲ ਹੀ ਬੈਠੇ ਆ, ਉਹ ਦੇਖ ਲੈਂਦੇ ਆ ਕਿਹੜੀ ਹੈ 2017 ਦੀ ਕੀ ਪ੍ਰੋਬਲਮ ਹੈ, ਉਹ ਚੈੱਕ ਕਰਨ ਲੱਗੇ ਅਸੀਂ। ਬੁਲੰਦ ਟੀਵੀ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।